ਹੇ ਗਾਈਜ਼, ਵੈਲਕਮ ਬੈਕ ਟੂ ਮਾਈ ਚੈਨਲ ਜਿਹਨਾਂ ਮੈਂ ਪੰਜਾਬ ਰੇਡੀ ਐਕਸਟ ਐਂਡ ਆਈ ਐਮ ਯੋਰ ਹੋਸਟ ਦੋਸਤ ਮਿੱਤਰ ਪਿਆਰਾ ਸਨਮੀਰ ਸਿੰਘ। ਅੱਜ ਹੈਗੀ ਹੈ 8 ਫਰਵਰੀ। ਫਰਵਰੀ ਦੇ ਵਿੱਚ ਕੀ ਹੁੰਦਾ? ਫਰਵਰੀ ਦੇ ਵਿੱਚ ਹੁੰਦਾ ਪਾਕਿਸਤਾਨ ਦੇ ਵਿੱਚ ਇਲੈਕਸ਼ਨ, ਅਤੇ ਉਹਦੇ 'ਚ ਹੋ ਰਹੀਆਂ ਅੱਜ ਵੋਟਾਂ। ਤੁਸੀਂ ਜੇ ਤਾਂ ਵੋਟਾਂ ਪਾਏ ਹੋ ਤਾਂ ਵੈਲ ਐਂਡ ਗੁੱਡ, ਜੇ ਨਹੀਂ ਪਾਈਆਂ ਹਜੇ ਤੱਕ ਤਾਂ ਹੁਣ ਤੱਕ ਜਦੋਂ ਤੁਸੀਂ ਵੀਡੀਓ ਦੇਖ ਰਹੇ ਹਾਂ 4 ਕੁ ਵੱਜ ਗਏ ਹੋਣੇ ਆ, ਅਤੇ ਪਤਾ ਨਹੀਂ ਤੁਹਾਡੇ ਕਿੰਨੇ ਵਜੇ ਤੱਕ ਵੋਟਾਂ ਪੈਂਦੀਆਂ। ਜੇ ਨਹੀਂ ਪੈਂਦਾ ਭੱਜ ਕੇ ਪਾਇਓ, ਪਰ ਪਹਿਲਾਂ ਮੇਰੀ ਵੀਡੀਓ ਦੇਖ ਲਓ, 10 ਮਿੰਟ ਦੀ ਹੋਣੀ, ਜ਼ਿਆਦਾ ਨਹੀਂ, ਠੀਕ ਹੈ? ਸੋ ਵੋਟ ਵਾਈਜ਼ਲੀ, ਜਿਹਨੂੰ ਵੀ ਤੁਸੀਂ ਪਸੰਦ ਕਰਦੇ ਹੋ ਉਹਨੂੰ ਵੋਟਾਂ ਪਾਓ। ਅਤੇ ਪਰ ਮੈਂ ਵੀਡੀਓਜ਼ ਬਣਾ ਰਿਹਾ ਇਮਰਾਨ ਖਾਨ ਦੀਆਂ, ਠੀਕ ਹੈ? ਉਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਬਾਕੀ ਕਿਸੇ ਪਾਰਟੀ ਨੂੰ ਮਤਲਬ ਕੀ ਕਹਿੰਦੇ ਹੁੰਦੇ ਆ ਉਹਨੂੰ ਇੰਗਲਿਸ਼ 'ਚ, ਕੀ ਕਹਿੰਦੇ ਹੁੰਦੇ ਆ ਯਾਰ, ਡਿਸੈਂਡਿੰਗ ਅਸੈਂਡਿੰਗ, ਨਹੀਂ ਨਹੀਂ ਡੀਫੇਮ, ਨਹੀਂ ਨਹੀਂ ਅਸੈਂਡਿੰਗ, ਡਿਫੈਂਡਿੰਗ ਅਸੈਂਡਿੰਗ ਕੁਛ ਇੱਦਾਂ ਦਾ ਕੁਛ ਹੁੰਦਾ ਹੈ ਨਾ, ਅਤੇ ਮੈਂ ਉਹ ਨਹੀਂ ਕਰ ਰਿਹਾ। ਤੁਸੀਂ ਜਿਹਨੂੰ ਪਸੰਦ ਕਰਦੇ ਉਹਨੂੰ ਜਾ ਕੇ ਵੋਟਾਂ ਪਾਓ। ਇਮਰਾਨ ਖਾਨ ਦੀ ਸੋਸ਼ਲ 'ਤੇ ਹਾਈਪ ਹੈ, ਵਿਊਜ਼ ਆ ਰਹੇ ਆ, ਸਾਰਾ ਚੱਕਰ ਵਿਊਜ਼ ਦਾ, ਬਸ ਤਾਂ ਹੀ ਮੈਂ ਵੀਡੀਓ ਬਣਾ ਰਿਹਾ। ਸਿੱਧੀ ਜੀ ਗੱਲ ਹੈ, ਤੁਸੀਂ ਲੋਕ ਕਮੈਂਟ ਕਰਦੇ ਹੋ ਨਾ ਕਿ ਵਿਊਜ਼ ਕਰਕੇ ਤੁਸੀਂ ਇਮਰਾਨ ਖਾਨ ਦੀ ਸਪੋਰਟ ਕਰ ਰਹੇ, ਤੁਸੀਂ ਜੋ ਮਰਜ਼ੀ ਲਾ ਲਓ ਮੇਰੇ ਭਰਾਵੋ ਅਤੇ ਉਹਨਾਂ ਦੀਓ ਭੈਣੋ। ਸੋ ਵੀਡੀਓ ਦੇਖਦੇ ਮੈਨੂੰ ਕਿਧਰ ਤੋਂ ਆ ਜਾਓ। ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ, ਅੱਗ ਕਹਿੰਦੇ ਏਰੀਏ ਚ ਲਾਈ ਵੇਖ ਲੈ, ਉਹ ਜਿਹਨੂੰ ਕਦੇ ਪਿੰਡ ਨਹੀਂ ਸੀ ਪੁੱਛਦਾ ਕੋਈ, ਉਹਦੇ ਪਿੱਛੇ ਦੁਨੀਆ ਚ ਦਾਈ ਵੇਖ ਲੈ। ਮਲਕੂ ਦਾ ਗਾਣਾ ਨਵਾਂ, ਠੀਕ ਹੈ? ਕੈਦੀ 804 ਹੋਵੇ, ਮਲਕੂ ਦੁਆ ਮੰਗਦੇ ਮੁਰਸ਼ਦ ਨੂੰ ਨਾ ਹਾਰੋ। ਹਾਏ ਹਾਏ, ਕੀ ਬਾਤ ਹੈ! ਓਹ, ਜਿਵੇਂ ਸ਼ਹਿਨਾਈ ਵੱਜਦੀ ਹੁੰਦੀ ਹੈ। ਓਕੇ, ਇਹ ਗਾਣਾ ਪਤਾ ਕਿੱਦਾਂ ਲੱਗਣ ਡਿਆ? ਜਿਵੇਂ ਉਹ ਨਹੀਂ ਹੁੰਦਾ ਕਿ ਕਈ ਜਿਹੜੇ ਫਨੀ ਕੁਆਲੀ ਕਰਦੇ ਹੁੰਦੇ ਆ ਕਿ ਜੇਕਰ ਮਤਲਬ ਕੋਈ ਗਜ਼ਲਾਂ ਬੋਲਣ ਵਾਲਾ ਬੰਦਾ ਸਿੱਧੂ ਮੂਸੇਵਾਲ ਦਾ ਗਾਣਾ ਗਾਉਂਦਾ ਅਤੇ ਉਹ ਸਲੋ ਮੋਸ਼ਨ 'ਚ ਕਿੱਦਾਂ ਗਾਊਗਾ, ਹੈ ਨਾ? ਜਿਵੇਂ 295 ਗਾਣਾ ਸੀਗਾ, ਵੀ ਉਹ ਕਿੱਦਾਂ ਗਾਊਗਾ ਇੱਕ ਸਲੋ ਮੋਸ਼ਨ 'ਚ ਗਜ਼ਲ ਟਾਈਪ। ਹੁਣ ਇਹ ਜਿਹੜਾ ਗਾਣਾ ਸੀ ਕੈਦੀ 804 ਕਦੇ ਵੀ ਨਾ ਮੰਨਦਾ ਹਾਰੇ, ਜਦੋਂ ਇਹ ਪੁਰਾਣਾ ਟੱਪੇ ਆਏ ਸੀਗੇ ਉਹਦੇ 'ਚ ਤਾਂ ਪੂਰਾ ਜੋਸ਼ ਵਾਲਾ ਹੈ, ਅਤੇ ਹੁਣ ਜਦੋਂ ਜੇਲ੍ਹ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਥੋੜ੍ਹਾ ਜਿਹਾ ਇਹਨੂੰ ਮਾਹੌਲ ਨੂੰ ਲਾਈਟ ਜਿਹਾ ਕਰਤਾ ਅਤੇ ਬੜਾ ਇਮੋਸ਼ਨਲ ਜਿਹਾ ਬਣਾ ਕੇ ਉਸੇ ਨੂੰ ਉਹਦੇ 'ਚ ਕਰਤਾ। ਇਹ ਥੋੜ੍ਹਾ ਫਨੀ ਹੋ ਗਿਆ ਮੇਰੇ ਲਈ, ਬਾਕੀ ਠੀਕ ਆ। ਅੱਗੇ ਦੇਖਦੇ ਹਾਂ। ਅੱਛਾ, ਗਾਣਾ ਇੱਦਾਂ ਦਾ, ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤਾਂ ਇਮੋਸ਼ਨਲ ਹੋਵਾਂ ਕਿ ਜਿਹੜੀ ਬੀਟ ਹੈ ਵਿੱਚ ਉਹ ਬੀਟ ਮਤਲਬ ਜੋਸ਼ ਵਾਲੀ ਹੈ। ਸੋ ਆਈ ਥਿੰਕ ਇਹ ਇਹਨਾਂ ਨੇ ਨਾ ਇਮੋਸ਼ਨਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਇਮਰਾਨ ਖਾਨ ਦੇ ਸਪੋਰਟਰਸ ਆ ਉਹਨਾਂ ਦੇ ਕੀ ਇਮੋਸ਼ਨਸ ਹੈ। ਉਹ ਵਿੱਚ ਵਿੱਚ ਸੈਡ ਵੀ ਹੈ ਕਿਉਂਕਿ ਇਮਰਾਨ ਖਾਨ ਨੂੰ 10 ਸਾਲ ਦੀ ਜੇਲ੍ਹ ਹੋਈ ਹੈ, ਅਤੇ ਵਿੱਚ ਵਿੱਚ ਉਹ ਮਤਲਬ ਉਹਨਾਂ ਨੂੰ ਐਕਸਾਈਟਮੈਂਟ ਵੀ ਹੈ ਸ਼ਾਇਦ ਵੋਟਿੰਗ ਦੀ, ਕਿਸੇ ਕਿ ਜਾ ਕੇ ਇਮਰਾਨ ਖਾਨ ਨੂੰ ਬੀਟੇ ਨੂੰ ਵੋਟ ਪਾਵਾਂਗੇ। ਤੁਹਾਨੂੰ ਪਤਾ ਕਈ ਜਣੇ ਲੋਕ ਮੈਨੂੰ ਕਹਿ ਰਹੇ ਸੀ ਕਿ ਨਵਾਜ਼ ਸ਼ਰੀਫ ਨੇ ਵੀ ਬਹੁਤ ਸਾਰੇ ਕੰਮ ਕੀਤੇ ਆ। ਨੋ ਡਾਊਟ ਯਾਰ, ਕੀਤੇ ਹੋਣਗੇ, ਅਕਸਰ ਉਹ ਵੀ ਪ੍ਰਧਾਨ ਮੰਤਰੀ ਰਹੇ ਆ, ਬਹੁਤ ਟਾਈਮ ਤੱਕ ਰਹੇ ਆ, ਅਤੇ ਉਹਨਾਂ ਨੇ ਵੀ ਬੜੀਆਂ ਚੀਜ਼ਾਂ ਕੀਤੀਆਂ।
ਸੋ ਜਿਹੜਾ ਬੰਦਾ ਕੰਮ ਕਰ ਰਿਹਾ ਵੈਲ ਐਂਡ ਗੁੱਡ ਹੈ ਯਾਰ। ਅੱਛਾ ਇਹਨਾਂ ਦੀ ਜਿਹੜੀ ਕਲਰ ਕੁਰੈਕਸ਼ਨ ਹੈ ਤੇ ਵੀਡੀਓ ਬਣਾਉਂਦਾ ਸਟਾਈਲ ਆ ਉਹ ਮੈਨੂੰ ਬਹੁਤ ਸੋਹਣਾ ਲੱਗਦਾ, ਸੈਟਅਪ ਵਧੀਆ ਬਣਾਉਂਦੇ ਆ। ਬਿਲਕੁਲ ਤੀਰ ਟਿਕਾਣੇ ਦੇ ਕੋਈ ਮੁਰਸ਼ਦ ਦਾ ਜੋੜੇ ਅੱਜ ਵੋਟ ਤੁਹਾਡੇ ਦੀ ਲੋੜੇ ਖਾਨ ਆਜ਼ਾਦ ਕਰਾਣਾ ਏ ਹੋ ਜਾਓ ਸਭ ਤਿਆਰ ਕੈਦੀ ਕੈਦੀ 804 ਕਦੀ ਵੀ ਨਾ ਮੰਨਦਾ ਹਾਰ ਕੈਦੀ 804 ਕਦੀ ਵੀ ਨਾ ਮੰਨਦਾ ਕ੍ਰੀਏਟਿਵ ਬਣਾਉਂਦੇ ਆ। ਅੱਛਾ ਅੱਜ ਇਹਨਾਂ ਨੇ ਸੈਡ ਬਣਾਇਆ ਕੰਮ ਜਿਹਾ ਅਤੇ ਲੇਕਿਨ ਫਿਰ ਵੀ ਤੁਸੀਂ ਵੋਟ ਵਾਈਜ਼ਲੀ ਪਾਉਣੀ ਆ ਮੈਂ ਫਿਰ ਕਹਿ ਰਿਹਾ। ਮੇਰੇ ਮੁਰਸ਼ਦ ਨਾ ਘਬਰਾਣਾ ਵੋਟ ਕੌਮ ਸਾਰੀ ਤੁਹਾਨੂੰ ਪਾਣਾ ਮੇਰੇ ਮੁਰਸ਼ਦ ਨਾ ਘਬਰਾਣਾ ਵੋਟ ਕੌਮ ਸਾਰੀ ਤੁਹਾਨੂੰ ਪਾਣਾ ਲਾਂਦੇ ਉੱਚੇ ਉੱਚੇ ਖਾਂਦੇ ਨਾਰੇ
ਸੋ ਗਾਈਜ਼, ਇਹ ਸੀਗੀ ਅੱਜ ਦੀ ਇੱਕ ਵੀਡੀਓ ਜਿਹਦੇ ਵਿੱਚ ਆਪਾਂ ਦੇਖਿਆ ਕਿ ਮਲਕੂ ਸਾਹਿਬ ਨੇ ਜਿਹੜਾ ਗਾਣਾ ਬਣਾਇਆ ਵੀ ਕੈਦੀ ਨੰਬਰ 804 ਬਹੁਤ ਹੀ ਸੋਹਣਾ ਬਣਾਇਆ। ਅਤੇ ਇੱਕ ਗੱਲ ਮੈਂ ਤਾਂ ਤੁਹਾਨੂੰ ਐਡ ਕਰਨੀ ਚਾਹੂੰਗਾ ਕਿ ਮਲਕੂ ਸਾਹਿਬ ਪਹਿਲਾਂ ਬੜੇ ਟਾਈਮ ਤੋਂ ਜਿਹੜੇ ਗਾਣੇ ਬਣਾ ਰਹੇ ਹੈ, ਲੇਕਿਨ ਉਹਨਾਂ ਨੂੰ ਜਿਹੜੀ ਹਾਈਪ ਹੈ ਨਾ ਉਹ ਮਿਲੀ ਹੈ ਹੁਣ। ਮਤਲਬ ਇਹ ਨੱਕ ਦਾ ਕੋਕਾ ਕਹਿ ਲਓ ਕਿ ਚੌਥਾ ਪਾਰਟ ਆ ਗਿਆ, ਅਤੇ ਹੁਣ ਉਹਨਾਂ ਦੇ ਮਿਲੀਅਨਸ ਦੇ ਵਿੱਚ ਵਿਊਜ਼ ਆ ਰਹੇ ਹੈ। ਐਂਡ ਉਹ ਖੁਦ ਗਾਣਿਆਂ ਦੇ ਵਿੱਚ ਵੀ ਇਸ ਚੀਜ਼ ਨੂੰ ਮੰਨਦੇ ਆ ਕਿ ਇਮਰਾਨ ਖਾਨ ਨੇ ਉਹਨਾਂ ਨੂੰ ਫੇਮਸ ਕਰਤਾ। ਸੋ ਜਿਹੜੇ ਲੋਕ ਮੈਨੂੰ ਕਮੈਂਟ ਕਰਦੇ ਨਾ ਕਿ ਤੁਸੀਂ ਇਮਰਾਨ ਖਾਨ ਦੇ ਕਰਕੇ ਸਿਰਫ ਵਿਊਜ਼ ਦਾ ਚੱਕਰ ਹੈ, ਭਾਈ ਸਾਹਿਬ ਆਪਣੇ ਦੇ ਨਿਉਂ ਦੇ ਵੀ ਨਹੀਂ ਚੈੱਕ ਕਰ ਲਓ, ਠੀਕ ਹੈ, ਇਮਰਾਨ ਖਾਨ ਦੇ ਅਤੇ। ਲੇਕਿਨ ਫਿਰ ਵੀ ਇਹਨਾਂ ਦੇ ਦੇਖੋ ਕਿੰਨੇ ਸਾਰੇ ਵਿਊਜ਼ ਆਏ ਆ। ਸੋ ਵਿਊਜ਼ ਦਾ ਚੱਕਰ ਹਮੇਸ਼ਾ ਰਹਿੰਦਾ, ਰਹੂਗਾ ਸਾਰੀ ਉਮਰ, ਜਿੰਨਾ ਚਿਰ ਡਿਜੀਟਲ ਮੀਡੀਆ ਹੈਗਾ ਅਤੇ ਲੋਕ ਕੰਮ ਕਰ ਰਹੇ ਆ ਇੱਥੇ। ਸੋ ਜਿਹੜੇ ਲੋਕ ਗਿਆਨ ਦਿੰਦੇ ਨਾ ਕਮੈਂਟਾਂ ਦੇ ਵਿੱਚ, ਤੁਸੀਂ ਥੋੜ੍ਹਾ ਜਿਹਾ ਕਾਕਾ ਸੈਡ ਨੂੰ ਹੋ ਕੇ ਬਹਿ ਜਾਓ, ਕਿਉਂਕਿ ਇੱਥੇ ਕੰਟੈਂਟ ਬਣਾਇਆ ਜਾਂਦਾ, ਲੋਕ ਦੇਖਦੇ ਆ, ਲੋਕਾਂ ਨੂੰ ਉਹੀ ਦਿਖਾਇਆ ਜਾਂਦਾ ਜਿਹੜੇ ਲੋਕ ਡਿਮਾਂਡ ਕਰਦੇ ਆ। ਮੇਰਾ ਇੰਸਟਾਗ੍ਰਾਮ ਭਰਿਆ ਰਹਿੰਦਾ ਕਿ ਇਮਰਾਨ ਖਾਨ ਦੀ ਆਹ ਵੀਡੀਓ ਬਣਾਓ, ਆਹ ਵੀਡੀਓ ਬਣਾਓ। ਗਾਣਾ ਬਾਅਦ 'ਚ ਰਿਲੀਜ਼ ਹੁੰਦਾ, ਮੈਨੂੰ ਪਹਿਲਾਂ ਮੈਸੇਜ ਆਏ ਰਹਿੰਦੇ ਆ ਕਿ ਭਾਜੀ ਗਾਣਾ ਆ ਗਿਆ, ਗਾਣਾ ਆ ਗਿਆ, ਚੱਕ ਲਓ ਫਟੇ। ਸਮਝੇ ਮੇਰੀ ਗੱਲ ਨੂੰ? ਬਾਕੀ ਦੂਜੀ ਗੱਲ ਕਿ ਗਾਣਾ ਬਹੁਤ ਸੋਹਣਾ, ਬੀਟ ਇਹਨਾਂ ਨੇ ਬਹੁਤ ਸੋਹਣੀ ਬਣਾਈ ਹੈ, ਇਹਨਾਂ ਨੇ ਗਾਇਆ ਬਹੁਤ ਸੋਹਣਾ, ਲਿਖਿਆ ਬਹੁਤ ਸੋਹਣਾ, ਐਕਟ ਬਹੁਤ ਸੋਹਣਾ ਕੀਤਾ, ਸਾਰਾ ਕੁਛ ਐਵਰੀਥਿੰਗ ਟੈਕਨੀਕਲੀ ਤੁਸੀਂ ਦੇਖੋ ਬਹੁਤ ਘੈਂਟ ਹੈ, ਜਿੱਦਾਂ ਦੇ ਇਹਨਾਂ ਦੇ ਪੁਰਾਣੇ ਗਾਣੇ ਸੀਗੇ, ਕਿਉਂਕਿ ਹੁਣ ਥੋੜ੍ਹਾ ਇਮੋਸ਼ਨਲ ਜਿਹਾ ਮਾਹੌਲ ਸੀਗਾ, ਇਸ ਕਰਕੇ ਇਹਨਾਂ ਨੇ ਪੂਰੇ ਗਾਣੇ ਨੂੰ ਜਿਹੜਾ ਉਸ ਮਾਹੌਲ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਕਿ ਇਹਨਾਂ ਨੇ ਬਾਖੂਬੀ ਢੰਗ ਨਾਲ ਜਿਹੜਾ ਨਿਭਾਇਆ। ਸੋ ਅੱਜ ਹੈਗੀ 8 ਫਰਵਰੀ, ਤੁਸੀਂ ਵੋਟਾਂ ਪਾਤੀਆਂ ਹੋਣੀਆਂ ਜਿਨ੍ਹਾਂ ਨੇ ਨਵਾਜ਼ ਸ਼ਰੀਫ ਨੂੰ ਪਾਉਣੀ ਆ ਵੀ ਉਹਨੂੰ, ਮਤਲਬ ਸ਼ਾਬਾਜ਼ ਸ਼ਰੀਫ ਨੂੰ ਪਾਉਣੀ ਹੈ, ਜਾਂ ਜਿੰਨੀ ਵੀ ਪਾਰਟੀ ਨੂੰ ਪਾਉਣੀ ਹੈ, ਤੁਹਾਡੀਆਂ ਜਿੰਨੀਆਂ ਵੀ ਪਾਰਟੀਜ਼ ਹੈ, ਜਿਹੜੀਆਂ ਚੋਣਾਂ ਲੜ ਰਹੀਆਂ, ਉਹਨਾਂ ਨੂੰ ਵੋਟਾਂ ਪਾਓ ਅਤੇ ਉਹਨਾਂ ਨੂੰ ਜਿਤਾਓ ਜਿਹੜੇ ਤੁਹਾਡੇ ਕੰਮ ਕਰਦੇ ਆ। ਮੈਂ ਕਦੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਇਹ ਨਹੀਂ ਕਿਹਾ ਕਿ ਇਮਰਾਨ ਖਾਨ ਨੂੰ ਵੋਟ ਪਾਓ, ਮੈਂ ਹਮੇਸ਼ਾ ਇਹ ਕਹਿੰਦਾ, ਲੇਕਿਨ ਫਿਰ ਵੀ ਲੋਕ ਕਹਿੰਦੇ ਕਿ ਤੁਸੀਂ ਇਮਰਾਨ ਖਾਨ ਨੂੰ ਸਪੋਰਟ ਕਰਦੇ, ਹੱਦ ਹੋ ਗਈ ਹੈ ਯਾਰ, ਕਿੱਧਰ ਆ ਮਾਇੰਡ ਸੈੱਟ। ਮਤਲਬ ਲੋਕ ਇੱਥੇ ਉਹ ਵੀ ਹੈ ਜਿਹੜੇ ਮੈਨੂੰ ਉਹ ਦੇਖਦੇ ਆ ਜਿਹੜੇ ਕੋਈ ਨਵਾਜ਼ ਸ਼ਰੀਫ ਨੂੰ ਪਸੰਦ ਕਰਦੇ ਆ, ਸ਼ਾਬਾਜ਼ ਸ਼ਰੀਫ ਨੂੰ ਪਸੰਦ ਕਰਦੇ ਆ, ਭੁੱਟੋ ਸਾਹਿਬ ਨੂੰ ਪਸੰਦ ਕਰਦੇ ਆ, ਠੀਕ ਹੈ, ਅਤੇ ਹੁਣ ਲੋਕ ਉਹ ਵੀ ਜਿਹੜੇ ਇਮਰਾਨ ਖਾਨ ਨੂੰ ਪਸੰਦ ਕਰਦੇ ਆ, ਅਤੇ ਤੁਸੀਂ ਵਿੱਚ ਮੈਨੂੰ ਨਾ ਫਸਾਓ ਨਾ ਇਸ ਚੱਕਰ 'ਚ ਭਾਈ, ਹੈ ਮੇਰੇ ਲਈ ਫਿਰ ਔਖੀ ਗੱਲ ਹੈ। ਸੋ ਮੈਂ ਇਸੇ ਕਰਕੇ ਕਹਿੰਦਾ ਕਿ ਮੈਂ ਇੰਡੀਆ ਦੇ ਵਿੱਚ ਰਹਿੰਦਾ, ਮੈਂ ਪੰਜਾਬ ਦੇ ਵਿੱਚ ਰਹਿੰਦਾ, ਤੁਹਾਡੀ ਪੋਲੀਟਿਕਸ ਹੈ, ਤੁਹਾਨੂੰ ਜ਼ਿਆਦਾ ਪਤਾ ਕਿ ਤੁਸੀਂ ਕਿਹਨੂੰ ਵੋਟ ਪਾਉਣੀ ਹੈ ਅਤੇ ਕਿਹਨੂੰ ਨਹੀਂ ਪਾਉਣੀ। ਜਿਹੜਾ ਬੰਦਾ ਤੁਹਾਡੇ ਕੰਮ ਕਰ ਰਿਹਾ ਉਹਨੂੰ ਵੋਟਾਂ ਪਾਓ, ਜਿਨ੍ਹਾਂ ਨੂੰ ਲੱਗਦਾ ਕਿ ਨਵਾਜ਼ ਸ਼ਰੀਫ ਨੇ ਵੱਡੀਆਂ ਵੱਡੀਆਂ ਸੜਕਾਂ ਬਣਾਈਆਂ, ਬਹੁਤ ਕੰਮ ਕੀਤੇ ਉਹਨੇ ਆਪਣੇ ਕਾਰਜਕਾਲ ਦੇ ਦੌਰਾਨ, ਉਹਨਾਂ ਨੂੰ ਵੋਟਾਂ ਪਾਓ। ਜਿਨ੍ਹਾਂ ਨੂੰ ਲੱਗਦਾ ਕਿ ਭੁੱਟੋ ਸਾਹਿਬ ਨੇ ਕੀਤਾ ਕੰਮ ਉਹਨਾਂ ਨੂੰ ਪਾਓ, ਜਿਨ੍ਹਾਂ ਨੂੰ ਲੱਗਦਾ ਕਿ ਇਮਰਾਨ ਖਾਨ ਨੇ ਕੀਤਾ ਉਹਨਾਂ ਨੂੰ ਪਾਓ, ਗੱਲ ਇਹ ਨਹੀਂ ਹੈ। ਸੋ ਜੇਕਰ ਤੁਸੀਂ ਪੋਲੀਟਿਕਸ ਦੇ ਕਰਕੇ ਮੈਨੂੰ ਵਿੱਚ ਘੜੀਸੋਗੇ ਯਾਰ, ਉਹ ਗੱਲ ਬਣਦੀ ਨਹੀਂ ਯਾਰ, ਮੈਂ ਬਹੁਤ ਦੁਖੀ ਹਾਂ ਇਸ ਚੀਜ਼ ਤੋਂ। ਜਸ ਜੋਕਿੰਗ ਗਾਈਜ਼, ਬਾਕੀ ਇਹ ਸੀ ਅੱਜ ਦੀ ਵੀਡੀਓ, ਹੋਪ ਸੋ ਤੁਸੀਂ ਇੰਜੋਏ ਕੀਤੀ ਹੋਣੀ ਹੈ। ਅਤੇ ਬਾਕੀ ਇਹ ਜਿਹੜਾ ਸੈਟਅਪ ਤੁਸੀਂ ਪਿੱਛੇ ਦੇਖ ਰਹੇ ਹੋ, ਇਹ ਪੋਡਕਾਸਟ ਦਾ ਮੇਨ ਚੈਨਲ ਪੰਜਾਬੀ ਰੀਲ ਟੀ ਵੀ 'ਤੇ ਆਪਾਂ ਪੋਡਕਾਸਟ ਅਪਲੋਡ ਕਰਨੇ ਸ਼ੁਰੂ ਕਰ ਰਹੇ ਹਾਂ, ਠੀਕ ਹੈ। ਪਹਿਲਾਂ ਚੈਨਲ ਇੱਕ ਵੱਖਰਾ ਬਣਾਇਆ ਸੀਗਾ, ਲੇਕਿਨ ਗੱਲ ਜੀ ਨਹੀਂ ਬਣੀ, ਮੈਨੂੰ ਕਾਫੀ ਸਾਰੇ ਸਿਆਣੇ ਮਹਾਂਪੁਰਸ਼ਾਂ ਨੇ ਸਾਨੂੰ ਰਾਏ ਦਿੱਤੀ ਕਿ ਇਸੇ ਚੈਨਲ 'ਤੇ ਕੰਮ ਕਰੋ। ਸੋ ਜਿਹੜੇ ਜਿਹੜੇ ਬੰਦੇ ਰਿਐਕਸ਼ਨ ਵੀਡੀਓ ਦੇਖਣਾ ਚਾਹੁੰਦੇ ਆ ਪੰਜਾਬੀ ਰੀਲ ਟੀ ਵੀ ਐਕਸਟਰਾ, ਵੈਸੇ ਹੀ ਪੰਜਾਬੀ ਰੀਲ ਟੀ ਵੀ 'ਤੇ ਵੀ ਰਿਐਕਸ਼ਨਸ ਹੋਣਗੇ, ਲੇਕਿਨ ਉਹ ਥੋੜ੍ਹੇ ਹੁਣ ਕਿਸੇ ਹੋਰ ਢੰਗ ਨਾਲ ਆਇਆ ਕਰਨਗੇ, ਜਿਹੜੇ ਕਿ ਤੁਸੀਂ ਇੰਜੋਏ ਕਰੋਗੇ। ਐਂਟਰਟੇਨਮੈਂਟ ਦਾ ਪੂਰਾ ਪ੍ਰਬੰਧ ਕੀਤਾ ਜਾਊਗਾ, ਠੀਕ ਹੈ, ਇਨਫੋਰਮੇਸ਼ਨ ਵਾਲੀਆਂ ਵੀਡੀਓ, ਪੋਡਕਾਸਟ, ਰਿਐਕਸ਼ਨਸ ਅਤੇ ਹਲਕਾ ਫੁਲਕਾ ਰੋਸਟ ਟਾਈਪ ਸਾਰਾ ਕੁਝ ਤੁਹਾਨੂੰ ਮਿਲੂਗਾ। ਬਸ ਚੈਨਲ ਆਪਣੇ ਸਬਸਕ੍ਰਾਈਬ ਕਰ ਲਓ ਦੋਨੋਂ, ਪੰਜਾਬੀ ਟੀ ਵੀ ਐਂਡ ਪੰਜਾਬੀ ਟੀ ਵੀ ਐਕਸਟਰਾ। ਮੈਂ ਮਿਲਦਾ ਤੁਹਾਨੂੰ ਕਿਸੇ ਹੋਰ ਵੀਡੀਓ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।